रहे तेरी बगदा लज रिश्ते दी पालिए तू ही रहे तोर बाबुला सन रता भी ना काली ਬਾਤ ਹੈ ਗੁਰਕੀਰਤ ਜੀ। ਸੋ ਜੱਜਿਸ ਨੂੰ ਪੁੱਛਦੇ ਹਾਂ ਕਿ ਕਿੱਦਾਂ ਦੀ ਲੱਗੀ ਗੁਰਕੀਰਤ ਦੀ ਕੋਸ਼ਿਸ਼। ਰੋਸ਼ਨ ਭਾਅ ਜੀ, ਕਿਆ ਜ਼ਬਰਦਸਤ ਫੀਲ ਸੀ ਇਸ ਗੀਤ ਦੇ ਵਿੱਚ, ਬਹੁਤ ਹੀ ਪਿਆਰਾ। ਜਦੋਂ ਤੁਸੀਂ ਸ਼ੇਅਰ ਚੱਕਿਆ ਨਾ, ਉਦੋਂ ਤੋਂ ਪਤਾ ਲੱਗਿਆ ਸੀ ਵੀ ਇਹ ਗੀਤ ਕਿਸ ਅੰਜਾਮ ਤੱਕ ਵਧੀਆ ਗਾਇਆ ਜਾਏਗਾ। ਬਹੁਤ ਕਮਾਲ, ਪਹਿਲੀ ਲਾਈਨ ਤੋਂ ਲੈ ਕੇ ਲਾਸਟ ਲਾਈਨ ਤੱਕ ਜ਼ਬਰਦਸਤ ਫੀਲ, ਜ਼ਬਰਦਸਤ ਸੁਰ, ਸਾਰਾ ਕੁਛ ਹੀ ਕਮਾਲ। ਬਹੁਤ ਮਿਹਨਤ ਕੀਤੀ ਲੱਗਦੀ ਹੈ ਔਰ ਦਿਖ ਰਹੀ ਸੀ। ਮੈਨੂੰ ਤਾਂ ਲੱਗਦਾ ਇਹ ਸ਼ਾਇਦ ਆਪਣੇ ਪਾਪਾ ਨੂੰ ਯਾਦ ਕਰਕੇ ਗਾ ਰਹੀ ਹੋਣੀ ਅਤੇ ਹੁਣ ਵੀ ਉਹਨਾਂ ਨੂੰ ਯਾਦ ਕਰਕੇ ਰੋ ਰਹੀ ਹੈ। ਤੁਸੀਂ ਹੁਣ ਉਹਨਾਂ ਨੂੰ ਇੱਥੇ ਇਸ ਮੰਚ ਦੇ ਜ਼ਰੀਏ ਕੀ ਕੀ ਮੈਸੇਜ ਦੇਣਾ ਚਾਹੁੰਦੇ? ਸਰ, ਮੈਂ ਪਾਪਾ ਨੂੰ ਬਹੁਤ ਪਿਆਰ ਕਰਦੀ ਹਾਂ। ਉਹ ਮੈਨੂੰ ਬਹੁਤ ਸਪੋਰਟ ਕਰਦੇ ਨੇ। ਤੁਹਾਨੂੰ ਪਤਾ ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਜਿਵੇਂ ਰੋਸ਼ਨ ਜੀ ਨੇ ਕਿਹਾ ਕਿ ਪਹਿਲੀ ਲਾਈਨ ਤੋਂ ਹੀ ਗਾਇਕੀ ਫੀਲ ਬਹੁਤ ਵਧੀਆ ਫੜਿਆ ਤੁਸੀਂ, ਐਂਡ ਉਦੋਂ ਹੀ ਨਿਕਲ ਸਕਦਾ ਜਦੋਂ ਦਿਲ ਤੋਂ ਬੰਦਾ ਗਾ ਰਿਹਾ ਹੁੰਦਾ। ਸੋ ਥੈਂਕ ਯੂ ਗੁਰਕੀਰਤ, ਬਹੁਤ ਸੋਹਣਾ ਤੁਸੀਂ ਗਾਇਆ, ਐਂਡ ਗੋਡ ਬਲੈਸ ਯੂ, ਐਂਡ ਪਰਮਾਤਮਾ ਤੁਹਾਡੇ 'ਤੇ ਮੇਹਰ ਰੱਖੇ, ਤੁਹਾਡੇ ਪਾਪਾ 'ਤੇ। ਰੱਬ ਕਰੇ ਤੁਹਾਡਾ ਅਤੇ ਤੁਹਾਡੇ ਪਾਪਾ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਗੋਡ ਬਲੈਸ ਯੂ, ਗੋਡ ਬਲੈਸ ਯੂ, ਥੈਂਕ ਯੂ। ਲਕਸ਼ਮੀ।
हाँ जी संगा भाजी तुम्हें किन्ना इंजॉय किया इस परफॉर्मेंस बी मैं तो अपनी बेटी का भरावा चेता आने लग पे सच्ची गल मैं तो कहना शो मौके तो मैं अपनी बेटी को चल जावा सुखलीन को मैं बहुत वधिया लगा सच्ची गुड लक इदा ही गाओ फील ना गाओ और दिल ना गाओ क्या बात जियो थैंक यू भाजी सो एक बार फिर ताड़िया मार दो गुरकीरत लिए।